ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੇ ਹੀ ਕਾਂਗਰਸ ਵੀ ਐਕਟਿਵ ਹੋ ਚੁੱਕੀ ਹੈ। ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ ਹੈ। ਇਹ ਮੀਟਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਦੇ ਵਿੱਚ 3 ਰੈਜੂਲੇਸ਼ਨ ਪਾਸ ਕੀਤੇ ਗਏ ਨੇ। ਨਾਲ ਹੀ ਮੀਟਿੰਗ ਦੇ ਵਿੱਚ ਤੈਅ ਹੋਇਆ ਕਿ ਪਾਰਟੀ ਇਕਜੁੱਟ ਹੋ ਕੇ ਚੋਣਾਂ ਲੜੇਗੀ। ਕਾਂਗਰਸ ਦੀ ਪੰਜਾਬ ਦੀ ਇਲੈਕਸ਼ਨ ਕਮੇਟੀ ਨੇ ਬੜੇ ਅਹਿਮ ਫੈਸਲੇ ਲਿੱਤੇ ਨੇ, 3 ਰੈਜੂਲੇਸ਼ਨ। ਪਹਿਲਾ ਰੈਜੂਲੇਸ਼ਨ ਪੰਜਾਬ ਦੇ ਇਲੈਕਸ਼ਨ ਦੇ ਬਾਰੇ, ਸਾਡੇ ਭਵਿੱਖ ਬਾਰੇ, ਅਸੀਂ ਐਮਪਾਵਰ ਕਰਦੇ ਹਾਂ ਕਾਂਗਰਸ ਪ੍ਰੈਜ਼ੀਡੈਂਟ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੂੰ। ਉਹਨਾਂ ਦਾ ਫੈਸਲਾ ਸਾਨੂੰ ਸਾਰਿਆਂ ਨੂੰ ਮਾਨਿਆ। ਨੰਬਰ 2, ਅੱਜ ਬੰਗਲਾਦੇਸ਼ ਲਿਬਰੇਸ਼ਨ ਡੇ ਹੈ। ਅਸੀਂ ਫਾਰਮਰ ਪ੍ਰਾਈਮ ਮਿਨਿਸਟਰ ਇੰਦਰਾ ਜੀ ਨੂੰ ਰਿਮੈਂਬਰ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਬੜਾ ਵੱਡਾ ਮਕਾਮ ਜਿਹੜਾ ਉਹਨਾਂ ਨੇ ਹਾਸਲ ਕੀਤਾ ਸੀਗਾ, ਉਹਦਾ ਰੈਜ਼ੋਲੂਸ਼ਨ ਵੀ ਪਾਸ ਹੋਇਆ। ਤੋਫਾੜ ਕਰਨ ਦਾ, ਜਨਰਲ ਨਿਆਜ਼ੀ ਵਾਲੀ ਜਿਹੜੀ ਜਿੱਤ, ਦੂਸਰਾ ਰੈਜ਼ੋਲੂਸ਼ਨ ਇਹ ਪਾਸ ਹੋਇਆ। ਤੀਸਰਾ ਰੈਜ਼ੋਲੂਸ਼ਨ, ਅਸੀਂ ਪ੍ਰਿਯੰਕਾ ਗਾਂਧੀ ਜੀ ਦਾ ਧੰਨਵਾਦ ਕਰਦਾ ਕਿ ਅੱਜ ਲਖੀਮਪੁਰ ਖੇਰੀ ਜਿਹੜੇ ਦੋਸ਼ੀ ਸੀ ਉਹਨਾਂ ਦੇ ਦੋਸ਼ ਸਾਬਤ ਹੋਏ ਨੇ। ਸੋ ਕਾਂਗਰਸ ਦੀ ਅੱਜ ਇਸ ਅਹਿਮ ਮੀਟਿੰਗ ਦੇ ਵਿੱਚ 3 ਵੱਡੇ ਰੈਜ਼ੋਲੂਸ਼ਨ ਪਾਸ ਕੀਤੇ ਗਏ ਨੇ, ਔਰ ਜਿਹੜਾ ਵੀ ਚਿੰਤਨ ਹੋਇਆ, ਜਿਹੜਾ ਵੀ ਮੰਥਨ ਹੋਇਆ, ਉਹਦੇ ਵਿੱਚ ਇੱਕ ਗੱਲ ਤੈਅ ਹੈ ਕਿ ਕਾਂਗਰਸ ਸੰਗਠਿਤ ਹੋ ਕੇ, ਇੱਕ ਹੋ ਕੇ, ਰੋਲ ਤੈਅ ਕਰਕੇ, ਰਿਸਪੋਂਸੀਬਿਲਿਟੀ ਦੇ ਕੇ, ਹਰੇਕ ਬੰਦੇ ਦੀ, ਹਰੇਕ ਵਰਕਰ ਦੀ ਇਨਵੋਲਵਮੈਂਟ ਕਰਕੇ ਇਹ ਇਲੈਕਸ਼ਨ ਲੜੇਗੀ। ਔਰ ਦਿਨ ਬ ਦਿਨ ਸਾਡਾ ਸੰਗਠਨ ਤਕੜਾ ਹੁੰਦਾ ਜਾ ਰਿਹਾ। ਕੋਈ ਪਹਾੜ ਨੂੰ ਉੱਪਰੋਂ ਚੱਕਣ ਦੀ ਕੋਸ਼ਿਸ਼ ਕਰੇ, ਇਹਦਾ ਮਤਲਬ ਉਹ ਸਿਰਫ ਉੱਪਰਲੇ ਬੰਦਿਆਂ ਦੀ ਦੇਖ ਰਿਹਾ। ਲੇਕਿਨ ਥੱਲੇ ਹੱਥ ਪਾ ਕੇ ਕੋਈ ਪਹਾੜ ਨੂੰ ਐਂ ਚੱਕੇ, ਇਹਦਾ ਮਤਲਬ ਉਹ ਬੇਸ 'ਤੇ ਜਾ ਰਿਹਾ ਔਰ ਆਮ ਲੋਕਾਂ ਦੀ ਗੱਲ ਕਰ ਰਿਹਾ। ਇਸ ਕਰਕੇ ਇਸ ਕਮੇਟੀ ਦੇ ਵਿੱਚ ਅੱਜ ਇਹ ਪਹਾੜਨੁਮਾ ਕਾਜ ਜਿਹੜਾ ਹੈ, ਇਹਨੂੰ ਥੱਲੋਂ ਹੱਥ ਪਾਇਆ, ਇਹਨੂੰ ਬੇਸ ਤੋਂ ਚੁੱਕਿਆ, ਨਾ ਸਿਰਫ ਪਹਾੜ ਨੂੰ ਉੱਪਰੋਂ ਚੱਕਣ ਦੀ ਕੋਸ਼ਿਸ਼ ਕੀਤੀ ਹੈ ਔਰ ਆਮ ਲੋਕਾਂ ਦੀ ਗੱਲ ਹੋਈ ਹੈ। ਆਮ ਲੋਕਾਂ ਦੇ ਵੈਲਫੇਅਰ ਦੀ ਗੱਲ ਹੋਈ ਹੈ, ਇੱਕ ਵੈਲਫੇਅਰ ਸਟੇਟ ਕ੍ਰੀਏਟ ਕਰਨ ਦੀ ਗੱਲ ਹੋਈ ਹੈ। ਕੋਈ ਵੀ ਨਿਰਣੇ ਅਗਰ ਸਾਡੀ ਕੋਈ ਕਮੇਟੀ ਲਏਗੀ ਤੇ ਉਹਦਾ ਅਸਰ ਗਰੀਬ ਤੇ, 99% ਪੰਜਾਬੀਆਂ ਤੇ, ਆਮ ਆਦਮੀ ਤੇ, ਔਰ ਪੰਜਾਬੀਆਂ ਦੀ ਜ਼ਿੰਦਗੀ ਕਿਸ ਤਰੀਕੇ ਦੇ ਨਾਲ ਤਬਦੀਲ ਹੋ ਜੇ, ਉਹਨੂੰ ਮੱਦੇਨਜ਼ਰ ਰੱਖ ਕੇ ਹੀ ਲਿੱਤਾ ਜਾਏਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਮੋਰ ਐਂਡ ਮੋਰ ਪੀਪਲ ਵਿਲ ਬੀ ਗਿਵਨ ਰਿਸਪੋਂਸੀਬਿਲਿਟੀਜ਼। ਉੱਤਰਦਾਇਤਵ ਯੋਗਿਆਤਾ ਔਰ ਤਾਕਤ ਦੇ ਨਾਲ ਚੱਲਦਾ। ਜਿਹਦੀ ਜਿਹਦੀ ਯੋਗਿਅਤਾ ਹੋਊਗੀ ਉਹਨੂੰ ਤਾਕਤ ਦਿੱਤੀ ਜਾਏਗੀ, ਉਹਨੂੰ ਅੱਗੇ ਵਧਾਇਆ ਜਾਏਗਾ। ਦੀ ਬੇਨ ਆਫ ਆਰ ਸੋਸਾਇਟੀ ਇਜ਼ ਦੈਟ ਮੈਰਿਟ ਇਜ਼ ਇਗਨੋਰਡ। ਅਸੀਂ ਮੈਰਿਟ ਨੂੰ ਮੱਦੇਨਜ਼ਰ ਰੱਖਦੇ ਹੋਏ ਟਿਕਟਾਂ ਦੇਣ ਦਾ ਫੈਸਲਾ ਕੀਤਾ। ਉਹਦੇ 'ਚ ਇੱਕ ਪ੍ਰੋਪਰ ਪ੍ਰੋਸੀਜਰ ਹੈ, ਜਿਵੇਂ ਛਾਨੀ 'ਚੋਂ ਛਣ ਕੇ ਨਿਕਲਦਾ ਕੈਂਡੀਡੇਟ, ਉਸ ਤਰ੍ਹਾਂ ਨਿਕਲੂ ਮੈਰਿਟ ਦੇ ਆਧਾਰ ਦੇ ਉੱਤੇ, ਵਿਨੇਬਿਲਿਟੀ ਦੇ ਆਧਾਰ ਦੇ ਉੱਤੇ, ਕੋਈ ਕ੍ਰਾਈਟੇਰੀਏ ਦੇ ਆਧਾਰ ਦੇ ਉੱਤੇ, ਕਿਸੇ ਬੇਸ ਦੇ ਆਧਾਰ ਦੇ ਉੱਤੇ।